ਮੇਰਾ ਨਾਮ ਮੁਹੰਮਦ ਗੁਲਾਬ ਹੈਗਾ ਜੀ, ਇਹ ਮੇਰਾ ਬੇਟਾ ਅਰਜ਼ਾਕ ਹੈਗਾ ਜੀ। ਅਸੀਂ ਮੈਂ ਦੁੱਧ ਲੈਣ ਭੇਜਿਆ ਸੀ 6 ਦਿਨ ਪਹਿਲੇ, ਅਤੇ ਉੱਥੋਂ ਲਾਪਤਾ ਹੋ ਗਿਆ। ਮੈਂ ਆਸੇ ਪਾਸੋਂ ਪਤਾ ਕੀਤਾ, ਮੈਨੂੰ ਨਹੀਂ ਪਤਾ ਲੱਗਿਆ ਹੈਗਾ। ਮਜੀਦ ਮੈਂ ਜਾ ਕੇ ਥਾਣੇ ਜਾ ਕੇ ਰਿਪੋਰਟ ਕਰਾਈ, ਉਹਨਾਂ ਨੇ ਪਰਚਾ ਕੱਟਿਆ। ਮੰਗਣ ਜਾਂਦੇ ਸੀ, ਇਹ ਵੀ ਸਾਡੇ ਨਾਲ ਮੰਗਣ ਜਾਂਦਾ ਸੀ ਕਸਰੇ ਸ਼ਾਦੀ ਹਾਲ। ਦੁੱਧ ਲੈਣ ਲੈਂਦਾ ਪਿਆ ਸੀ ਉੱਥੋਂ ਦੁਕਾਨ ਤੋਂ। 8 ਫਰਵਰੀ 2020 ਕੋ ਥਾਣਾ ਗੁਲਸ਼ਨ ਇਕਬਾਲ ਮੇਂ 109/20 ਮੁਕਦਮਾ ਦਰਜ ਹੋਇਆ, ਜੋ ਕਿ ਮੁਹੰਮਦ ਗੁਲਾਬ ਨਾਮੀ ਸ਼ਖਸ ਨੇ ਦਰਜ ਕਰਵਾਇਆ ਕਿ ਉਸਕਾ ਬੇਟਾ ਰਜ਼ਾਕ ਜੋ ਹੈ ਉਹ 4-5 ਦਿਨ ਪਹਿਲੇ ਘਰ ਸੇ ਗਿਆ ਹੈ ਦੁੱਧ ਲੈਣੇ ਕੇ ਲੀਏ, ਜੋ ਕਿ ਅਭੀ ਤੱਕ ਵਾਪਸ ਨਹੀਂ ਆਇਆ। ਉਸਕੇ ਅਗਵਾ ਕਾ ਪਰਚਾ ਦਰਜ ਹੋਇਆ ਅੰਡਰ ਸੈਕਸ਼ਨ 363 PPC। ਤੋ ਇਸ ਸਿਲਸਿਲੇ ਮੇਂ SP ਸਾਹਿਬ ਇਕਬਾਲ ਟੋਨ ਇਨਵੈਸਟੀਗੇਸ਼ਨ ਜਨਾਬ ਨਵੀਦ ਸ਼ਾਹ ਸਾਹਿਬ ਨੇ ਖਸੂਸੀ ਟੀਮੇ ਤਸ਼ਕੀਲ ਲਈ ਔਰ ਉਹਨਾਂ ਨੇ ਖਸੂਸੀ ਹਦਾਇਤ ਕੀ ਹੈ ਕਿ ਇਹ ਟੈਸਟ ਕੇਸ ਹੈ, ਇਸਕੋ ਹਰ ਸੂਰਤ ਮੇਂ ਬਾਜ਼ਯਾਬ ਕਰਵਾਉਣਾ, ਆਪਕੋ ਜਿਤਨੇ ਰਿਸੋਰਸਿਸ ਚਾਹੀਏ ਵੋ ਆਪ ਵਾਪਸ ਲੇ। ਇਸ ਸਿਲਸਿਲੇ ਮੇਂ ਟੀਮੇ ਤਸ਼ਕੀਲ ਹੋਈ, ਦਿਨ ਰਾਤ ਇੱਕ ਕਰਕੇ ਪੁਲਿਸ ਇਨਵੈਸਟੀਗੇਸ਼ਨ ਪੁਲਿਸ ਥਾਣਾ ਗੁਲਸ਼ਨ ਇਕਬਾਲ ਨੇ ਦਿਨ ਰਾਤ ਮਿਹਨਤ ਕਰਕੇ ਤੋ ਮੁਸਵਾ ਟੋਨ ਕੇ ਇਲਾਕੇ ਸੇ ਬੱਚੇ ਕੋ ਬਾਜ਼ਯਾਬ ਕਰਵਾਇਆ। ਇਹ ਦੋ ਔਰਤੇ ਹੈਂ, ਇੱਕ ਨਾਮ ਅੱਲਾ ਮਾਫੀ ਉਰਫ ਸੋਨੀਆ ਉਰਫ ਜੱਗੂ ਹੈ, ਜਿਸ ਨੇ ਕਿ ਆਪਣਾ ਹੁਲੀਆ ਮਰਦੋਂ ਕੀ ਤਰ੍ਹਾਂ ਬਣਾਇਆ ਹੋਇਆ ਹੈ। ਵੋ ਲੜਕੀ ਲੇਕਿਨ ਉਸਨੇ ਹੁਲੀਆ ਔਰਤੋਂ ਕੀ ਤਰ੍ਹਾਂ ਮਰਦੋਂ ਕੀ ਤਰ੍ਹਾਂ ਬਣਾਇਆ ਹੋਇਆ। ਔਰ ਦੂਸਰਾ ਜੋ ਹੈ ਉਸਕਾ ਨਾਮ ਹੈ ਸੁਮੈਰਾ। ਇਹ ਦੋ ਔਰਤੇ ਹੈਂ ਜਿਨ੍ਹਾਂ ਨੇ ਇਸ ਬੱਚੇ ਕੋ ਲੇਕਰ ਗਏ ਹੈ। ਅਸੀਂ ਇਸ਼ਾਰੇ 'ਤੇ ਵੀ ਇਹਨੂੰ ਲੈ ਕੇ ਗਏ ਹਾਂ ਮੰਗਣ ਵਾਸਤੇ। ਠੀਕ ਹੈ, ਮੈਂ ਲੱਛੇ ਵੇਚਦੀ ਸੀ, ਇਹ ਮੰਗਦੇ ਸੀ। ਦਰ ਮਿਹਨਤ ਕਰਕੇ ਇਸ ਬੱਚੇ ਕੋ ਬਾਜ਼ਯਾਬ ਕਰਿਆ, ਜਿਸ ਪਰ ਦੋ ਔਰਤੇ ਹਮਨੇ ਗ੍ਰਿਫਤਾਰ ਕੀ, ਜਿਸ ਸੇ ਬੱਚਾ ਇਹ ਬਰਾਮਦ ਹੁਆ। ਦੋਨਾਂ ਤਫਤੀਸ਼ੋਂ ਨੇ ਬਤਾਇਆ ਕਿ ਹਮ ਇਹ ਬੱਚੇ ਸੇ ਬੇਗੂ ਹੋਤੇ ਰਹੇ ਹੈਂ। ਅਸੀਂ ਵੇਚਣ ਵਾਸਤੇ ਲੈ ਕੇ ਜਾ ਰਹੇ ਸੀ। ਅਸੀਂ ਲੈ ਗਿਆ ਸੀ ਅਤੇ ਮੰਗਾਉਂਦੇ ਰਹੇ, ਜੋ ਵੀ ਉਹਨਾਂ ਗਲਤੀ ਦੀ ਸਾਨੂੰ ਮਾਫ਼ੀ ਦਿੱਤੀ ਹੈ ਅਤੇ ਇਹਦੀ ਸਾਨੂੰ ਗਲਤੀ ਦੀ ਮਾਫ਼ੀ ਦੇ ਦਿਓ। ਇਹਨਾਂ ਨੇ ਦਿਨ ਰਾਤ ਇੱਕ ਕਰਕੇ ਮੇਰਾ ਬੜਾ ਹੈਲਪ ਕੀਤੀ ਹੈਗੀ। ਉਹਨਾਂ ਇੰਟਰੋਗੇਸ਼ਨ ਇਹ ਬਾਤ ਸਾਹਮਣੇ ਆਈ ਹੈ ਕਿ ਬੱਚੇ ਸੇ ਭੀਖ ਮੰਗਵਾਉਣੇ ਕੇ ਬਾਅਦ 2-4 ਦਿਨ ਬਾਅਦ ਜਬ ਉਹਨਾਂ ਕੋ ਪਤਾ ਚਲਦਾ ਤਾਂ ਕਿ ਹਮਾਰਾ ਰਾਜ਼ ਖੁੱਲਣੇ ਵਾਲਾ ਜਾਂ ਹਮ ਪਕੜੇ ਜਾਏਂਗੇ, ਤੋ ਬੱਚੇ ਕੋ ਜੇ ਕਰਾਚੀ ਲੈ ਜਾ ਕੇ ਭੇਜ ਦੇਤੇ ਤੋ ਇਸ ਬੱਚੇ ਕੋ ਵੀ ਇਹਨਾਂ ਕਰਾਚੀ ਲੈ ਜਾ ਕੇ ਭੇਜ ਦੇਣਾ ਥਾ ਵਾਂ। ਮੈਂ ਨਾ ਕਰਨਾ, ਮੈਂ ਬਸ ਪਿਓਗਲ ਜਾਣਾ ਸੀ ਅਤੇ ਮੈਨੂੰ ਸੀ ਜਾਣ ਦਿੰਦੇ। ਮੈਂ ਕਹਿੰਦਾ ਵਾਟ ਕ ਸੋੜਦਾ ਤੈਨੂੰ ਜੋ ਘਰ ਦਾ ਨਾਲ ਲਿਆ ਸੀ। ਪਤਰਾ ਮੈਂ ਬੜਾ ਖੁਸ਼ ਹਾਂ, ਮੇਰਾ ਮਾਸ਼ਾਅੱਲਾ ਕਿ ਮੈਂ ਆਪਣੇ ਬੱਚੇ ਨੂੰ ਲੈ ਕੇ ਬੈਠਾ ਇਸ ਟਾਈਮ ਮੈਂ ਕੋਲੇ। ਮੈਨੂੰ ਉਮੀਦ ਨਹੀਂ ਸੀ ਕਿ ਜਿੰਨੀ ਮੈਂ ਇਹਨਾਂ ਨੇ ਦਿਨ ਰਾਤ ਕਰਕੇ ਮੇਰੇ ਬੱਚੇ ਨੂੰ ਮੇਰੇ ਕੋਲੇ ਹਾਸਲ ਕੀਤਾ।